ਅੰਮ੍ਰਿਤਸਰ ਲੋਕ ਸਭਾ ਚੋਣਾਂ ਦੇ ਵਿੱਚ ਭਾਜਪਾ ਦੇ ਉਮੀਦਵਾਰ ਸਰਦਾਰ ਤਰਨਜੀਤ ਸਿੰਘ ਸੰਧੂ ਨੇ ਅੰਮ੍ਰਿਤਸਰ ਆਪਣੇ ਗ੍ਰਹਿ ਸਮੁੰਦਰੀ ਹਾਊਸ ਵਿਖੇ ਸ਼ਹਿਰ ਦੇ ਪੰਥਵੰਤ ਤੇ ਮਹੱਤਮ ਬਾਲ ਸੱਜਣਾਂ ਦੇ ਨਾਲ ਗੱਲਬਾਤ ਕੀਤੀ ਹੈ। ਉਹਨਾਂ ਕਿਹਾ ਕਿ ਉਹ ਆਪਣੇ ਪਰਿਵਾਰ ਵਾਂਗ ਗੁਰੂ ਨਗਰੀ ਅੰਮ੍ਰਿਤਸਰ ਦੀ ਸੇਵਾ ਕਰਨਾ ਚਾਹੁੰਦੇ ਨੇ। ਉਹਨਾਂ ਸ਼ਹਿਰ ਦੇ ਵਿਕਾਸ ਲਈ ਸਾਰਿਆਂ ਦਾ ਸਹਿਯੋਗ ਮੰਗਿਆ। ਕਿਹਾ ਹੈ ਕਿ ਉਸ ਕੋਲ ਗੁਰੂ ਨਗਰੀ ਦੇ ਵਿਕਾਸ ਲਈ ਇੱਕ ਖਾਸ ਨਜ਼ਰੀਆ ਅਤੇ ਯੋਜਨਾਵਾਂ ਨੇ। ਉਹਨਾਂ ਇਹ ਵੀ ਕਿਹਾ ਕਿ ਅਸੀਂ ਪੰਜਾਬ ਅਤੇ ਅੰਮ੍ਰਿਤਸਰ ਦੇ ਨੌਜਵਾਨਾਂ ਨੂੰ ਵਿਦੇਸ਼ ਜਾਣ ਦੀ ਬਜਾਏ ਅੰਮ੍ਰਿਤਸਰ ਦੇ ਵਿੱਚ ਰਹਿ ਕੇ ਕੰਮ ਕਰਨ ਅਤੇ ਪੈਸਾ ਕਮਾਉਣ ਦੇ ਲਈ ਰੋਜ਼ਗਾਰ ਪ੍ਰਦਾਨ ਕਰਨਗੇ। ਸੰਧੂ ਨੇ ਵੀ ਯਕੀਨੀ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੰਮ ਕਰਨ ਦੇ ਤਰੀਕੇ ਤੋਂ ਬਹੁਤ ਪ੍ਰਭਾਵਿਤ ਨੇ ਅਤੇ ਉਸ ਤੋਂ ਗੁਰੂ ਨਗਰੀ ਦੇ ਹਿੱਤਾਂ ਲਈ ਵੱਧ ਤੋਂ ਵੱਧ ਮੌਕੇ ਪ੍ਰਾਪਤ ਕਰਨਗੇ। ਅੱਜ ਆਪਾਂ ਸਮੁੰਦਰੀ ਹਾਊਸ ਫਿਰ ਇਕੱਠੇ ਹੋਏ ਹਾਂ ਅਤੇ ਐਤਕਾਂ ਮੈਨੂੰ ਲੱਗਦਾ ਆ ਕਿ ਆਪਾਂ ਧੱਕਾ ਮੁੱਕੀ ਨਹੀਂ ਕਰਦੇ ਪਿਛਲੀ ਵਾਰੀ। ਸਭ ਤੋਂ ਪਹਿਲਾਂ ਤਾਂ ਮੈਂ ਇਹ ਗੱਲ ਦੱਸਣਾ ਸੀ ਕਿਉਂਕਿ ਵਾਰ ਵਾਰ ਆਪਾਂ ਇਹੋ ਹੀ ਦੇਖਦੇ ਰਹਿੰਦੇ ਹਾਂ ਕਿ ਆਪਾਂ ਸਾਰਿਆਂ ਨੇ ਅੰਮ੍ਰਿਤਸਰ ਲਈ ਕੀ ਕਰਨਾ ਆ। ਮੈਂ ਸ਼ੁਰੂ ਤੋਂ ਹੀ ਡਿਵੈਲਪਮੈਂਟ ਫੋਕਸਡ ਪਲੈਨ ਸ਼ੇਅਰ ਕੀਤੀ ਆ ਔਰ ਮੈਂ ਇਹ ਵੀ ਵਾਰ ਵਾਰ ਕਿਹਾ ਕਿ ਦੇਖੋ ਇਹ ਕੋਈ ਐਕਸਕਲੂਸਿਵ ਪਲੈਨ ਨਹੀਂ ਹੈ। ਕੋਈ ਵੀ ਉਸ ਸੋਚ ਕੋਈ ਚੰਗੀ ਚੀਜ਼ ਕਹਿੰਦਾ ਆ ਉਹ ਬਿਲਕੁਲ ਆਪਾਂ ਉਹਨੂੰ ਅੰਦਰ ਮਿਲਾਵਾਂਗੇ ਕਿਉਂਕਿ ਸਾਡਾ ਲਕਸ਼ ਹੈਗਾ ਕਿ ਆਪਣੇ ਭਰਾਵਾਂ ਅਤੇ ਭੈਣਾਂ ਦੀ ਅੰਮ੍ਰਿਤਸਰ ਦੀ ਡਿਵੈਲਪਮੈਂਟ ਲਈ ਹੁਣ ਆਪਾਂ ਫੋਕਸ ਕਰੀਏ। ਮੈਨੂੰ ਦੱਸਣ ਦੀ ਲੋੜ ਨਹੀਂ ਹੈ, ਤੁਹਾਨੂੰ ਆਪ ਹੀ ਪਤਾ ਆ ਇੱਥੇ ਕੀ ਹਾਲਤ ਆ ਅਤੇ ਪਿਛਲੇ 10 ਸਾਲਾਂ 'ਚ ਕੀ ਹਾਲਤ ਹੋਈ ਆ। ਤੁਹਾਨੂੰ ਯਾਦ ਹੋਏਗਾ ਕਿ 2 ਅਪ੍ਰੈਲ ਨੂੰ ਇੱਥੇ ਇੱਕ ਈਵੈਂਟ ਹੋਇਆ ਸੀਗਾ ਜਿਹਨੂੰ US ਇੰਡੀਆ ਬਿਜ਼ਨਸ ਕੌਨਕਲੇਵ, ਉਹ ਮੇਰੀ ਇਨਕਰੇਜਮੈਂਟ ਥੱਲੇ ਉਦੋਂ ਹੋਇਆ ਸੀ ਜਿਹਦੇ ਡਾਕਟਰ ਮੁਕੇਸ਼ ਆਗੀ ਚੀਫ ਐਗਜ਼ੈਕਟਿਵ ਆਫਿਸਰ ਅਤੇ ਪ੍ਰੈਜ਼ੀਡੈਂਟ US ਇੰਡੀਆ ਸਟ੍ਰੈਟੇਜਿਕ ਪਾਰਟਨਰਸ਼ਿਪ ਫੋਰਮ, ਇਹ ਬਹੁਤ ਵੱਡਾ ਚੇਂਬਰ ਹੈ ਜਿਹਦੇ 'ਚ 400 ਟੌਪ ਅਮਰੀਕਨ ਕੰਪਨੀਆਂ ਮੈਂਬਰ ਨੇ। ਬਹੁਤ ਸਾਰੀ ਜਿਹੜੀ ਇਨਵੈਸਟਮੈਂਟ ਭਾਰਤ 'ਚ ਆਈ ਹੈ ਕਿਸੇ ਵੀ ਵੱਡੀ ਫੀਲਡ 'ਚ ਉਹ USISPF ਨੇ ਕਰਵਾਈ ਆ ਅਤੇ ਉਹਨਾਂ ਨਾਲ ਸ਼ੈਲੇਸ਼ ਕੁਮਾਰ ਸੈਕਟਰੀ ਜਨਰਲ ਫਿੱਕੀ ਵੀ ਆਏ ਸੀਗੇ ਅਤੇ ਡਾਕਟਰ ਸੰਜੀਵ ਲੱਖਨਪਾਲ ਜਿਹੜੇ ਬੜੇ ਪ੍ਰਸਿੱਧ ਕਾਰਡਿਕ ਸਰਜਨ ਨੇ ਮੈਰੀਲੈਂਡ 'ਚ ਔਰ ਡਾਕਟਰ ਲੱਖਨਪਾਲ ਦੇ ਬੇਟੇ ਨੇ ਜਿਹੜੇ ਪੁਰਾਣੇ ਆਪਣੇ ਅੰਮ੍ਰਿਤਸਰ ਨੂੰ ਜਾਣਦੇ ਨੇ ਉਹ ਵੀ ਉਹਨਾਂ ਨੇ ਉਹ ਮੋਡਰੇਟ ਕੀਤੀ ਸੀ। ਹੁਣ ਕੱਲ੍ਹ ਅਮਰੀਕਾ 'ਚ
ਇੱਕ ਵਿਕਸਿਤ ਅੰਮ੍ਰਿਤਸਰ ਇਨਵੈਸਟਮੈਂਟ। ਭਾਈ ਸਾਹਿਬ ਦੋ ਮਿੰਟ ਚੁੱਪ ਰਹਿ ਲਓ ਯਾਰ, ਅੰਮ੍ਰਿਤਸਰ ਦੇ ਕੰਮ ਦੀ ਗੱਲ ਹੈ, ਕਦੀ ਤਾਂ ਸੁਣ ਲਿਆ ਕਰੀਏ। ਪਿੱਛੇ ਉਹਨਾਂ ਨੂੰ ਕਹੋ ਸਾਇਲੈਂਸ ਰੱਖਣ। ਇਹੋ ਹੀ ਦੋ ਚੇਂਬਰਸ ਨੇ ਅਤੇ ਕੁਛ ਜਿਹੜੇ ਯੂ ਐਸ ਸਿਟੀਜ਼ਨਸ ਨੇ, ਉੱਥੋਂ ਦੇ ਪਰਮਾਨੈਂਟ ਰੈਜ਼ੀਡੈਂਟਸ ਨੇ, ਅਲੱਗ ਅਲੱਗ ਪ੍ਰੋਫੈਸ਼ਨਲ ਬੈਕਗਰਾਊਂਡਸ ਨੇ। ਡਾਕਟਰ ਲਖਨਪਾਲ ਨੇ ਉੱਥੇ ਮੀਟਿੰਗ ਮੋਡਰੇਟ ਕੀਤੀ, ਜਿਹਦੇ 'ਚ ਆਪਣੀ ਗੁਰੂ ਨਗਰੀ ਦੀ ਜੋ ਇੱਥੇ ਉਹਨਾਂ ਨੇ ਗੱਲਬਾਤ ਕੀਤੀ ਸੀ, ਉੱਥੇ ਹੁਣ ਇੰਪਲੀਮੈਂਟੇਸ਼ਨ ਸਟੇਜ 'ਚ ਪਹੁੰਚੀ ਆ। ਯੂ ਐਸ ਆਈ ਐਸ ਪੀ ਐੱਫ ਅਤੇ ਫਿੱਕੀ ਨੇ ਵੀ ਐਕਟਿਵਲੀ ਪਾਰਟੀਸਪੇਟ ਕੀਤਾ ਆ। ਇਹ ਜਿਹੜਾ ਵਿਕਸਿਤ ਅੰਮ੍ਰਿਤਸਰ ਇਨੀਸ਼ੀਏਟਿਵ ਹੈ, ਇਹਨੇ $100 million ਜਿਹੜਾ 800 crore ਰੁਪਈਏ ਤੋਂ ਜ਼ਿਆਦਾ ਆ, ਇਹਨਾਂ ਨੇ ਇਹ ਫੰਡ ਸੈਟਅਪ ਕੀਤਾ ਅੰਮ੍ਰਿਤਸਰ ਲਈ। ਇੱਥੋਂ ਦੇ ਸੋਸ਼ਲੀ ਅਤੇ ਇਨਵਾਇਰਮੈਂਟਲੀ ਰਿਸਪੋਂਸੀਬਲ ਸਟਾਰਟਅਪਸ ਲਈ, ਔਰ ਉਹਦੇ 'ਚ ਏਰੀਆਜ਼ ਜਿਹੜੇ ਉਹਨਾਂ ਨੇ ਦੱਸੇ ਨੇ, ਹਾਲੇ ਉਹਦੇ 'ਚ ਹੋਰ ਵੀ ਇਨਕਲੂਡ ਹੋ ਜਾਣਗੇ, ਫਾਰਮਿੰਗ, ਐਗਰੀਕਲਚਰ, ਇੰਡਸਟਰੀ, ਕਾਮਰਸ, ਸਕਿੱਲ ਡਿਵੈਲਪਮੈਂਟ, ਇਨਫੋਰਮੇਸ਼ਨ ਟੈਕਨੋਲੋਜੀ, ਹੈਲਥ ਕੇਅਰ, ਟੂਰਿਜ਼ਮ, ਹੋਮ ਬਿਲਡਿੰਗ ਐਕਸੈਕਟਰਾ। ਇਹਦਾ ਮਤਲਬ ਇਹ ਹੈ ਕਿ ਕੋਈ ਵੀ ਇੰਟਰਪ੍ਰਨਿਓਰ ਅੰਮ੍ਰਿਤਸਰ ਦਾ, ਔਰ ਖਾਸ ਤੌਰ 'ਤੇ ਸਾਡੀਆਂ ਭੈਣਾਂ ਅਤੇ ਯੂਥ, ਔਰ ਉਹਨਾਂ ਦੀ ਇੱਕ ਉਹ ਹਾਈਲੀ ਰਿਸਪੈਕਟਿਡ ਇਨਵੈਸਟਮੈਂਟ ਕਮੇਟੀ ਬਣਾ ਰਹੇ ਨੇ, ਜਿਹਦੇ 'ਚ ਇੰਡੀਪੈਂਡੈਂਟ ਐਡਵਾਈਜ਼ਰ ਵੀ ਹੋਣਗੇ। ਹੁਣ ਆਹ ਡਿਟੇਲਸ ਤਾਂ ਉਹਨਾਂ ਤੋਂ ਮਿਲਣਗੀਆਂ, ਲੇਕਿਨ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਸੀ ਕਿ ਇਹ ਓਪਰੇਸ਼ਨਲ ਹੋ ਗਿਆ ਆ। ਜਿਹੜੀ ਉਹ ਇੱਥੇ ਪ੍ਰੋਮਿਸ ਕਰਕੇ ਗਏ ਸੀ, ਉਹਦੀ ਡਿਲੀਵਰੀ ਸ਼ੁਰੂ ਹੋ ਗਈ ਆ। ਔਰ ਉਹਨਾਂ ਨੇ ਐਪਲੀਕੇਸ਼ਨਸ ਫੰਡਿੰਗ ਲਈ, ਉਹਨਾਂ ਨੇ startup.applications@viksitamritsar.org ਸੈਟਅਪ ਕੀਤੀ ਆ ਪਬਲਿਕਲੀ। ਇਹਦੇ 'ਤੇ ਆਪਣੇ ਬੱਚੇ, ਭੈਣਾਂ, ਇੰਟਰਪ੍ਰਨਿਓਰਸ ਅਪਲਾਈ ਕਰ ਸਕਦੇ ਨੇ। ਸੋ ਇਹ ਤਾਂ ਮੈਂ ਤੁਹਾਨੂੰ ਪਹਿਲੀ ਗੱਲ ਸ਼ੇਅਰ ਕਰਨਾ ਚਾਹੁੰਦਾ ਸੀ, ਔਰ ਇਹ ਇਰਰਿਸਪੈਕਟਿਵ ਆ। ਵੀ ਵਾਰ ਵਾਰ ਪੁੱਛਦੇ ਹੋ ਸਰਦਾਰ ਸਾਹਿਬ ਪੈਰਾਸ਼ੂਟ ਕਰਕੇ ਆਏ ਹੋ, ਇੱਥੇ ਰਹਿਣਾ ਆ ਸਮੁੰਦਰੀ ਹਾਊਸ ਆਉਂਦੇ, ਮੇਰਾ ਤਾਂ ਘਰ ਹੀ ਇਹ ਆ, ਅਤੇ ਇਹ ਕੰਮ ਸ਼ੁਰੂ ਹੋ ਗਿਆ। ਆਪਾਂ ਕੰਮ ਨਾਲ ਫੋਕਸ ਕਰਨਾ ਆ, ਔਰ ਇਹ ਸਾਡੇ ਅੰਮ੍ਰਿਤਸਰ ਦੇ ਯੂਥ ਲਈ
45% ਯੂਥ ਦੀਆਂ ਮੈਂ ਵਾਰ ਵਾਰ ਕਹਿੰਦਾ ਹਾਂ, ਇਹਦੀ ਆਉਣ ਵਾਲੇ ਟਾਈਮ 'ਚ ਹੋਰ ਵੀ ਪਤਾ ਲੱਗੂਗਾ ਕਿ ਕੀ ਵਰਥ ਹੈ। ਹੁਣ ਆਪਾਂ ਉਹਨੂੰ ਯੂਜ ਕਰੀਏ ਔਰ ਆਪਣੇ ਸਹੀ ਦਿਮਾਗ ਨਾਲ ਕਰੀਏ, ਉਹ ਤਾਂ ਸਾਰੇ ਸਾਡੇ 'ਤੇ ਹੈ ਨਾ, ਲੇਕਿਨ ਕੰਮ ਸ਼ੁਰੂ ਹੋ ਗਿਆ। ਅਤੇ ਡਾਕਟਰ ਸੰਜੀਵ ਲੱਖਣਪਾਲ ਉਹਦੇ ਮੇਨ ਮੈਂਟਰ ਨੇ, ਇਹ ਪੈਸਾ ਵੀ ਦੇਣਗੇ ਅਤੇ ਮੈਂਟਰਿੰਗ ਵੀ ਕਰਨਗੇ। ਤੁਹਾਨੂੰ ਪਤਾ ਮੈਂਟਰਿੰਗ ਦਾ ਕੀ ਮਤਲਬ ਹੁੰਦਾ ਹੈ? ਕੋਈ ਪੁੱਛਦਾ, ਕਿਉਂਕਿ ਇਹਦੇ 'ਚ ਕਈ ਇੰਟਰਪ੍ਰੀਨਿਓਰ ਹੈਗੇ ਨੇ। ਦੂਜੀ ਗੱਲ, ਮੈਂ ਤੁਹਾਡੇ ਨਾਲ ਡਰੱਗਜ਼ ਵਾਲੀ ਕਰਨੀ ਸੀ। ਦੇਖੋ, ਜਿਸ ਤਰ੍ਹਾਂ ਮੈਂ ਸ਼ਹਿਰਾਂ ਦੇ ਪਿੰਡਾਂ 'ਚ ਗਿਆ ਹਾਂ, ਡਰੱਗਜ਼ ਦੀ ਕਿੰਨੀ ਡੀਪ ਪ੍ਰੋਬਲਮ ਆ ਆਪਾਂ ਕਦੀ ਵੀ ਆਪਣੀਆਂ ਮਾਵਾਂ ਅਤੇ ਭੈਣਾਂ ਨੂੰ ਪੁੱਛੀਏ ਤਾਂ ਸਹੀ, ਛੋਟੇ ਛੋਟੇ ਬੱਚੇ ਮਿਲੇ ਆ, ਉਹਨਾਂ ਦੀਆਂ ਮਾਵਾਂ ਨੇ ਰੋ ਕੇ ਦੱਸਿਆ ਕਿ ਸਾਡੀ ਇਹ ਹਾਲਤ ਹੋ ਗਈ ਆ। ਅਤੇ ਕਈ ਵਾਅਦੇ ਹੋਏ ਲੇਕਿਨ ਕੀਤਾ ਕੁਛ ਨਹੀਂ ਕਿਸੇ ਨੇ। ਹੁਣ ਟਾਈਮ ਆ ਗਿਆ ਕਿ ਸਾਨੂੰ ਐਕਸ਼ਨ ਲੈਣਾ ਪੈਣਾ ਹੈ ਇਹ ਡਰੱਗਜ਼ ਦੇ ਉੱਤੇ, ਅਤੇ ਜੰਗ ਸ਼ੁਰੂ ਆ। ਦੇਖੋ, ਇਹਦੇ ਕਈ ਐਸਪੈਕਟਸ ਨੇ, ਮੈਂ ਪਹਿਲਾਂ ਵੀ ਦੱਸਿਆ ਆ। ਇੱਕ ਤਾਂ ਲਾਅ ਐਂਡ ਆਰਡਰ ਦਾ ਹੈਗਾ, ਐਕਸ਼ਨ ਦਾ ਹੈਗਾ। ਤੁਹਾਨੂੰ ਪਤਾ ਸੈਂਟਰਲ ਏਜੰਸੀਆਂ ਦਾ ਐਕਸ਼ਨ ਸ਼ੁਰੂ ਹੋਇਆ ਹੋਇਆ ਹੈ, ਉਹ ਗਾਂਹ ਵੀ ਕਰਵਾਉਣਾ। NIA ਹੋ ਗਈ, ਨੈਸ਼ਨਲ ਨਾਰਕੋਟਿਕਸ ਬੋਰਡ ਹੋ ਗਿਆ, ਤੁਸੀਂ ਆਪ ਹੀ ਦੇਖਦੇ ਹੋ। ਲੇਕਿਨ ਮੋਦੀ ਸਾਹਿਬ ਦੀ ਸਰਕਾਰ ਨੇ ਜਦੋਂ ਵੀ ਤੀਜੀ ਵਾਰੀ ਬਣੀ, ਔਰ ਮੈਂ ਇੱਥੋਂ ਦਾ MP ਬਣਿਆ, ਅਤੇ ਇਹ ਜੰਗ ਪੂਰੀ ਡੱਟ ਕੇ ਲੱਗਦੀ ਆ। ਜਿਹੜੇ ਵੀ ਬੰਦੇ ਇਹਦੇ 'ਚ ਇਨਵੋਲਵ ਨੇ, ਲਾਜ਼ ਐਗਜ਼ਿਸਟ ਕਰਦੇ ਨੇ, ਉਹਨਾਂ ਨੂੰ ਪ੍ਰੋਸੀਕਿਊਟ ਕਰਦਾ, ਔਰ ਉਹਦੇ 'ਚ ਜੋ ਲੁੱਕਾ ਛੁੱਪੀ ਹੋ ਰਹੀ ਆ ਤੁਹਾਨੂੰ ਆਪ ਪਤਾ ਹੈ। ਲੇਕਿਨ ਇੱਕ ਦੂਸਰਾ ਉਹਦਾ ਪਹਿਲੂ ਵੀ ਹੈਗਾ ਆ, ਜਿਹਦੇ 'ਤੇ ਅਸੀਂ ਵੀ ਨਾਲ ਧਿਆਨ ਦੇਣਾ ਆ। ਦੇਖੋ, ਮੈਂ ਸੰਖੇਪ 'ਚ ਸਿਰਫ ਉਹਦਾ ਦੱਸਾਂਗਾ, ਕਿਉਂਕਿ ਇਹ ਇੰਪੋਰਟੈਂਟ ਪ੍ਰੋਬਲਮ ਆ ਅਤੇ ਸਾਨੂੰ ਇਹ ਫੇਸ ਕਰਨੀ ਆ। ਇਹ ਜਿਹੜੀ ਰੀਹੈਬਿਲੀਟੇਸ਼ਨ ਹੈ, ਆਪਾਂ ਸਾਰੇ ਉਹਦੇ ਬਾਰੇ ਗੱਲ ਕਰਦੇ ਪਰ ਕਰਵਾਉਂਦਾ ਕੁਛ ਨਹੀਂ। ਦੇਖੋ, ਜਿਹੜੇ ਬੱਚੇ ਉਹਦੇ ਸ਼ਿਕਾਰ ਹੋ ਗਏ ਨੇ ਉਹਨਾਂ ਨੂੰ ਬਾਹਰ ਨਹੀਂ ਸੁੱਟਣਾ, ਉਹ ਸਾਡਾ ਹੀ ਹਿੱਸਾ ਨੇ, ਉਹਨਾਂ ਨੂੰ ਵਾਪਸ ਅਸੀਂ ਆਪਣੇ ਪੈਰਾਂ 'ਤੇ ਖੜਾ ਕਰਨਾ ਆ। ਇਹ ਰੀਹੈਬਿਲੀਟੇਸ਼ਨ ਸੈਂਟਰ 'ਚ ਜਿਹੜੀਆਂ ਦਵਾਈ ਦਿੱਤੀ ਜਾ ਰਹੀ ਆ, ਤੁਹਾਨੂੰ ਪਤਾ ਇਹ ਬਲੈਕ 'ਚ ਵਿਕਦੀ ਆ, ਅਤੇ ਉਹਦਾ ਫਾਇਦਾ ਕਿੰਨਾ ਕੁ ਹੁੰਦਾ ਉਹ ਵੀ ਤੁਸੀਂ ਇਨਵੈਸਟੀਗੇਸ਼ਨ ਕਰੋ।
ਮੈਂ ਪਹਿਲਾਂ ਵੀ ਕਿਹਾ ਸੀ ਕਿ ਦੁਨੀਆ ਦੀਆਂ ਬੈਸਟ ਪ੍ਰੈਕਟਿਸ ਜਿਹੜੀਆਂ ਨੇ ਉਹਦੇ ਵੱਲ ਸਾਨੂੰ ਦੇਖਣਾ ਚਾਹੀਦਾ ਹੈ। ਅਮਰੀਕਾ 'ਚ ਦੋ ਦਵਾਈਆਂ ਖਾਸ ਤੌਰ 'ਤੇ ਸਕਸੈਸਫੁੱਲ ਹੋਈਆਂ ਨੇ, ਇੱਕ ਇੰਜੈਕਸ਼ਨ ਹੈ ਅਤੇ ਇੱਕ ਨੀਜ਼ਲ ਡਰੋਪਸ ਨੇ। ਉਹਦਾ ਥੋੜ੍ਹੀ ਤੁਸੀਂ ਰਿਸਰਚ ਕਰੋ। ਮੈਂ ਆਹ ਪ੍ਰੋਮਿਸ ਕਰਦਾ ਹਾਂ ਕਿ ਜਿਤਨਾ ਇਹਨਾਂ ਨੇ ਮਦਦ ਕੀਤੀ ਆ ਉਸ ਏਰੀਆ 'ਚ ਵੀ ਮਦਦ ਕਰਨ ਨੂੰ ਤਿਆਰ ਨੇ। ਉਹ ਦਵਾਈ ਅਤੇ ਇੰਜੈਕਸ਼ਨ ਅੰਮ੍ਰਿਤਸਰ 'ਚ ਲੈ ਕੇ ਆਵਾਂਗੇ ਜਿਹੜੇ ਉੱਥੇ ਸਕਸੈਸਫੁੱਲ ਹੋਏ। ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਸਭ ਤੋਂ ਵੱਡਾ ਡਰੱਗ ਦਾ ਜਿਹੜਾ ਡਾਕਟਰ ਆ ਡਾਕਟਰ ਰਾਹੁਲ ਗੁਪਤਾ ਆਪਣਾ ਪੰਜਾਬੀ ਆ, ਔਰ ਜਦੋਂ ਮੋਦੀ ਸਾਹਿਬ ਪਿਛਲੇ ਸਾਲ ਸਟੇਟ ਵਿਜ਼ਿਟ 'ਚ ਆਏ ਸੀ ਉਹਨੇ ਪਬਲਿਕਲੀ ਕਿਹਾ ਸੀ ਕਿ ਅਸੀਂ ਅਸਿਸਟ ਕਰਾਂਗੇ, ਉਹਨਾਂ ਦਾ ਐਕਸਪੀਰੀਅੰਸ ਅਸੀਂ ਲਵਾਂਗੇ, ਲੇਕਿਨ ਉਹ ਤੋਂ ਅੱਗੇ ਆਹ ਦਵਾਈਆਂ ਇੱਥੇ ਮੁਫ਼ਤ ਪਹੁੰਚਾਵਾਂਗੇ। ਕਾਰਗੋ ਫਲਾਈਟ ਨਹੀਂ ਹੈਗੀ ਇੱਥੋਂ, ਕਿਸੇ ਨੇ ਮੁੱਦਾ ਕਿੰਨਾ ਕੁ ਚੁੱਕਿਆ। ਆਪਾਂ ਐਗਰੀਕਲਚਰ ਦੀ ਵੀ ਗੱਲ ਕਰਦੇ, ਮੈਂ ਉਹਦੇ ਜ਼ਿਆਦਾ ਡਿਟੇਲ ਨਹੀਂ ਜਾਣਾ। ਵੈਜੀਟੇਬਲਸ ਫਰੂਟਸ ਜਿਹੜੇ ਇੱਥੇ ਰੁਲਦੇ ਨੇ ਉਹਨਾਂ ਨੂੰ ਅਸੀਂ ਐਕਸਪੋਰਟ ਕਰਵਾ ਕੇ ਪਹੁੰਚਾਈਏ। ਆਹ ਕਾਰਗੋ ਫੈਸਿਲਿਟੀ ਸਾਡੇ ਇੰਡਸਟਰੀ ਵੀ ਯੂਜ਼ ਕਰ ਸਕਦੀ ਆ, ਸਿਰਫ 20% ਯੂਜ਼ ਹੋ ਰਹੀ। ਤੁਸੀਂ ਆਪ ਜਾ ਕੇ ਦੇਖੋ, ਫੈਸਿਲਿਟੀ ਅਵੇਲੇਬਲ ਆ। ਇੱਕ ਦੂਸਰਾ ਮੈਂ ਇਹ ਕਿਹਾ ਸੀਗਾ ਕਿ ਆਹ ਚੀਜ਼ਾਂ ਸਾਊਦੀ ਅਰੇਬੀਆ ਦੁਬਈ ਅਤੇ UAE ਤਾਂ ਪੱਕਾ ਮੰਗ ਰਹੇ ਨੇ, ਹੋਰ ਨਹੀਂ ਕਿਤੇ ਲੁੱਲੂ ਵਾਲਿਆਂ ਨੂੰ ਜਾ ਕੇ ਪੁੱਛ ਲਓ, ਤੁਹਾਡੇ ਮੋਹਾਲੀ ਫੈਕਟਰੀ ਲਾਈ ਹੋਈ ਉਹਨਾਂ ਨੇ, ਪੱਕਾ ਸਾਡੇ ਮੰਗ ਰਹੇ। ਸਾਡੀਆਂ ਚੀਜ਼ਾਂ ਉੱਥੇ ਪਹੁੰਚੀਆਂ, ਸਾਡੀਆਂ ਚੀਜ਼ਾਂ ਉੱਥੇ ਪਹੁੰਚੀਆਂ ਅਤੇ ਟ੍ਰਾਂਜ਼ਿਟ ਵਾਹਗਾ ਅਟਾਰੀ ਬਾਰਡਰ ਦਾ ਪੱਕਾ ਖੁੱਲੂਗਾ। ਹਿੰਮਤ ਨਹੀਂ ਹੋਊ ਕਿਸੇ ਦੀ, ਅਸੀਂ ਨਹੀਂ ਟ੍ਰੇਡ ਰੋਕਿਆ ਸੀਗਾ, ਲੇਕਿਨ ਕਿਸੇ ਦੀ ਹਿੰਮਤ ਨਹੀਂ ਹੋਊ ਉੱਥੇ, ਤੁਹਾਨੂੰ ਪਤਾ ਕੀ ਡਿਪੈਂਡੈਂਸੀ ਹੈਗੀ ਆ। ਉਹ ਦੂਸਰਾ ਸਾਧਨ ਹੈ ਕਿ ਆਪਾਂ ਉਹ ਬਿਲਕੁਲ ਉਹਦੇ ਨਾਲ ਟ੍ਰਾਂਜ਼ਿਟ ਟ੍ਰੇਡ ਖੁੱਲ੍ਹ ਗਿਆ, ਸਾਡੇ ਕੁੜੀਆਂ ਦੀ ਪ੍ਰੋਬਲਮ, ਸਾਡੇ ਟ੍ਰੇਡਰਸ ਦੀ, ਕਈ ਹੋਰ ਚੀਜ਼ਾਂ। ਤੀਸਰਾ ਮੈਂ ਇਹ ਵੀ ਕਿਹਾ ਆ ਕਿ ਜਿਹੜਾ ਸਾਡਾ ਰੇਲ ਲਿੰਕ ਆ ਪੱਟੀ ਮੱਖੂ ਵਾਲਾ, ਕਿੰਨੇ ਚਿਰ ਦਾ ਪਿਆ, ਸੈਂਟਰ ਨੇ ਪੈਸੇ ਵੀ ਦਿੱਤੇ। ਇਸ ਵੇਲੇ ਕਮ ਸੇ ਕਮ ਦੋ ਇੰਟਰਨੈਸ਼ਨਲ ਆਰਗਨਾਈਜੇਸ਼ਨ ਨੇ ਜਿਹੜੀਆਂ ਤਿਆਰ ਨੇ ਮਦਦ ਕਰਨ ਲਈ। ਅਸ਼ਵਨੀ ਵੈਸ਼ਨਵ ਜੀ ਨਾਲ ਵੀ ਮੈਂ ਗੱਲ ਕੀਤੀ, ਉਹ ਕਹਿੰਦੇ ਬਿਲਕੁਲ ਅਸੀਂ ਤਿਆਰ ਹੈ ਉਹਨੂੰ ਅੱਗੇ ਕਰਨ ਲਈ। 300 ਕਿਲੋਮੀਟਰ ਦਾ ਰਸਤਾ ਘਟਦਾ, ਸਿੱਧਾ ਸਾਨੂੰ ਐਕਸੈਸ ਮਿਲਦੀ ਹੈ ਆਪਣੇ ਗੁਜਰਾਤ ਦੀ ਪੋਰਟਸ ਦੀ, ਮੁੰਬਈ ਦੀ ਪੋਰਟ ਦੀ। ਆਹ ਤਿੰਨੋਂ ਅਗਰ ਹੋਣ ਤਾਂ ਕੱਲ੍ਹ ਇੱਕ 'ਚ ਵੀ ਪ੍ਰੋਬਲਮ ਹੋਵੇ, ਸਾਡੇ ਕੋਲ ਦੋ ਹੋਰ ਆਲਟਰਨੇਟਿਵ ਨੇ। ਤੋ ਇਸ ਕਰਕੇ ਮੈਂ ਤੁਹਾਨੂੰ ਦੱਸਿਆ ਕਿ ਇਹ ਤਿੰਨੋਂ ਤਰੀਕੇ ਸਾਡੀ ਇੰਡਸਟਰੀ ਲਈ, ਸਾਡੇ ਫਾਰਮਰਸ ਲਈ ਬਹੁਤ ਹੀ ਮਦਦਗਾਰ ਹੋ। ਕੈਪਟਨ ਅਮਰਿੰਦਰ ਸਿੰਘ ਦੀ ਟੀਮ ਅੰਮ੍ਰਿਤਸਰ ਪਹੁੰਚ ਚੁੱਕੀ ਹੈ, ਕੈਪਟਨ ਅਮਰਿੰਦਰ ਸਿੰਘ ਦੀ ਟੀਮ ਅੰਮ੍ਰਿਤਸਰ ਪਹੁੰਚ ਚੁੱਕੀ ਹੈ, ਕੀ ਪ੍ਰੋਗਰਾਮ ਹੋ ਰਿਹਾ ਬੀਜੇਪੀ ਤੁਹਾਡੇ, ਹੈਗਾ ਇਤਿਹਾਸ ਕੁਛ? ਮੇਰਾ ਖਿਆਲ ਸੀ ਕੈਪਟਨ ਅਮਰਿੰਦਰ ਸਿੰਘ ਬੀਜੇਪੀ 'ਚ ਨੇ ਔਰ ਬੀਜੇਪੀ ਦੀ ਲੀਡਰਸ਼ਿਪ 'ਚ ਨੇ, ਸੈਂਟਰਲ ਕਮੇਟੀ 'ਚ ਵੀ ਨੇ। ਸਰ ਸਾਹਿਬ ਐਸ ਸੀ ਜ਼ੈੱਡ ਨੂੰ ਲੈ ਕੇ ਸਰ ਕਲੀਅਰ ਕਰਦੇ ਹੋ ਵੀ ਲੱਗ ਰਹੀਆਂ ਸਟੇਟਾਂ ਨੂੰ ਤਾਂ ਬਹੁਤ ਬੈਨੀਫਿਟ ਦਿੱਤੇ ਗਏ, ਕਿਆ ਸਰ ਤੁਸੀਂ ਇਹ ਟੇਕਅਪ ਕਰੋਗੇ ਇਸ਼ੂ ਸੈਂਟਰਲ ਗਵਰਨਮੈਂਟ ਦੇ ਨਾਲ? ਪੱਕਾ, ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਆ ਕਿ ਅਸੀਂ ਸਾਰਿਆਂ ਨੇ
ਪ੍ਰਧਾਨ ਮੰਤਰੀ ਮੋਦੀ ਜੀ ਕੋਲ ਇੱਕ ਸਪੈਸ਼ਲ ਪੈਕੇਜ ਲੈ ਕੇ ਆਉਣਾ ਅੰਮ੍ਰਿਤਸਰ ਲਈ। ਮੈਂ ਵੀ ਤੁਹਾਨੂੰ ਦੱਸਿਆ ਸੀ ਕਿ 450 ਸਾਲ ਜਦੋਂ 2027 ਹੁੰਦੇ ਆ ਅਤੇ ਆਪਾਂ IPL ਅੰਮ੍ਰਿਤਸਰ ਕਰਵਾਉਣਾ ਆ। ਸੋ ਇਹ ਪੈਕੇਜ ਸਭ ਕੁਛ ਪਾਵਾਂਗੇ ਅਸੀਂ ਬਿਲਕੁਲ। ਦੇਖੋ ਅੰਮ੍ਰਿਤਸਰ ਬਾਰਡਰ ਸਟੇਟ ਆ, ਅੰਮ੍ਰਿਤਸਰ ਗੁਰੂ ਨਗਰੀ ਆ, ਇਸ ਲਈ ਜਿਸ ਤਰ੍ਹਾਂ ਦੇ ਪੈਕੇਜ ਆਪਣੇ ਅਯੋਧਿਆ ਅਤੇ ਵਾਰਾਣਸੀ ਲਈ ਹੋਏ ਉਤਨਾ ਨਾਲ ਬੋਰਡ ਇੱਥੇ ਵੀ ਬਣੇ ਅਤੇ ਇੱਥੋਂ ਦੀ ਸਕਸੈਸ ਕਰਵਾ। ਮੈਨੂੰ ਭਾਅ ਜੀ ਜਾਣਾ ਪੈਣਾ, ਮੈਂ ਇਸ ਤਰ੍ਹਾਂ ਦੀ ਗੱਲ ਹੈ ਕਿ ਮੈਂ ਦੋ ਕੰਕਰੀਟ ਗੱਲਾਂ ਉੱਥੇ ਕਹੀਆਂ ਸੀ। ਮੈਂ ਕਿਹਾ ਸੀ ਇੱਕ ਡਰੱਗਸ ਹੈਲਪ ਕਰੋ, ਜਿਹੜੇ ਵੀ ਜਿੱਥੇ ਤੁਹਾਡੀ ਪ੍ਰੀਚਿੰਗ ਹੁੰਦੀ ਆ, ਜਿੱਥੇ ਤੁਸੀਂ ਗੱਲ ਕਰਦੇ ਹੋ, ਲੋਕਾਂ ਨੂੰ ਡਰੱਗਸ ਤੋਂ ਵੀਨ ਅਵੇ ਕਰੋ। ਅਤੇ ਦੂਸਰਾ, ਬੱਚਿਆਂ ਨੂੰ ਖਾਸ ਤੌਰ 'ਤੇ ਭੈਣਾਂ ਨੂੰ ਵਿੱਦਿਆ ਵੱਲ ਲਗਾਓ। ਮੈਂ ਉਹ ਟੱਚ ਨਹੀਂ ਕੀਤਾ, ਇਸ ਪ੍ਰੈਸ ਕਾਨਫਰੰਸ ਪਹਿਲਾਂ ਕਿਹਾ ਹੋਇਆ। ਮੈਂ ਫਿਰ ਤੁਹਾਨੂੰ ਕਹਿੰਦਾ ਕਿ ਜਿੰਨਾ ਚਿਰ ਆਪਾਂ ਆਪਣੀ ਐਜੂਕੇਸ਼ਨ ਅਸੀਂ ਡਿਗਰੀ ਨਹੀਂ ਸਕਿੱਲ ਓਰੀਐਂਟਡ ਜੋ ਬਾਕੀ ਭਾਰਤ 'ਚ ਹੋ ਰਹੀ ਆ, ਉਹਨਾਂ ਚਿਰ ਸਾਡੇ ਯੂਥ 'ਚ ਉਹ ਟੈਲੈਂਟ ਨਹੀਂ ਆਊਗਾ। ਸੋ ਇਹ ਗੱਲ ਕਹੀ ਸੀ, ਤੁਸੀਂ ਬਾਕੀ ਦੀ ਰਿਕਾਰਡਿੰਗ ਦੇਖ ਲਿਓ। ਥੈਂਕ ਯੂ।